बटाला विखे मामला उदों तनावपूर्ण हो गया जदों पुलिस वालों अंतिम संस्कार रोक एक अध सड़ी लाश नूं कब्जे च लै लिया गया। यह सब बटाला के भंडारी महल के बार बार स्थित शमशान घाट विखे बीते कल शाम नूं होया जदों उत्थों दी ही रहण वाली पूनम कौर के मृतक शरीर नूं पुलिस वालों अंतिम संस्कार नूं अध विचकार रोक लाश नूं कब्जे च लिया गया। जानकारी अनुसार मृतक पूनम के सहुरे परिवार वालों दावा किया जा रहा है कि पूनम वालों आत्महत्या कर जीवन लीला समाप्त कर ली गई है, पर मृतक औरत के पति और पेक्यां का इंतजार ना करन दे सवाल ते मृतक की ननान रिचा शर्मा वालों कोई ठोस उत्तर ना मिलिया। मेरा नाम रिचा शर्मा जी। की गल हुई है सारी आई भाभी तेरी? सर ये तो सानू भी नहीं पता, असीं घरे पुजे सानू गवांढियां दा फोन आया कि तुहाडे भाभी जी ने इदां इदां सुसाइड कर लिया आ, तो असी उन्होंने करनाल उन्होंने पेके ने वीडियो कॉल से उन्होंने सारा संस्कार देखा आ। असी उन्होंने वीडियो कॉल की वो कहें ना साड़ियो, तो असी कहे वीडियो कॉल से वो कहें कि इदा इदा, तो वीडियो कॉल उन्होंने सारा देखा संस्कार, तो असी बटाले भी उन्होंने जोड़े आ उजागर नगर इन्हों का परिवार आ ही फोन किया उन्होंने उस वेले करता ही घरों तो चलन लगे सानू घरों चलो इतों तक आंदे आंदे 20-25 मिनट लग गए, पर उस तो बाद भी अभी 10 मिनट उन्होंने डीकया आ वो नहीं आए ते असी संस्कार करता है। मैडम ऐसा की कारण सी के तुसी इहदा संस्कार एकदम करता सवेर तक दी वेट नहीं कीती, ऐसा की कारण सी? इह ते मैनू नहीं जे पता, इह मतलब कि सारे जेंट्स वगैरह सी सारे रल मिल के कहिंदे कर दो असी करता सानू इस जी कारण दा ते सानू आप नहीं पता जी। असी सारे परिवार सवेरे उन्हां रोटी पाणी बना के खवाया सारिआं नूं, कोई गल नहीं, बच्चिआं नूं ट्यूशन भेजिआ आ, असी किसी घर गए आ शगन पाउण लई, असी मैं ते मेरे माता जी ਤੇ ਉਹ ਘਰੇ ਇਕੱਲੇ ਪੜਨ ਦੇ ਸੀ, ਜਦੋਂ ਬੱਚੇ ਗਏ ਉਹ ਵੀ ਤਾਂ ਵੀ ਪੜਨ ਦੇ ਸੀ। ਲੋਕਾ ਕਿੱਦਾਂ ਕੀਤੀ ਉਹਨਾਂ ਆਤਮਾ ਤੋਂ? ਹਾਂਜੀ ਕਿੱਦਾਂ ਕੀਤੀ ਉਹ? ਸਾਡੇ ਘਰੇ ਲਟਕਣ ਵਾਲੀ ਰੋਡ ਲੱਗੀ ਆ, ਉੱਥੇ ਉਹਨਾਂ ਨੇ ਚੁੰਨੀ ਬੰਨ ਕੇ ਕੀਤਾ। ਤੁਹਾਡਾ ਫਰਜ਼ ਨਹੀਂ ਬਣਦਾ ਪੁਲਿਸ ਨੂੰ ਮੈਂ ਦਈਏ ਜੀ? ਇਸ ਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈਗੀ ਤੇ ਕੀ ਪੁਲਿਸ ਨੂੰ ਕਹਿਣਾ ਨਹੀਂ ਕਹਿਣਾ। ਤੁਸੀਂ ਸੰਸਕਾਰ ਕਰਨ ਆ ਗਏ ਵਿਦਆਊਟ ਉਹਦੇ ਪੇਰੈਂਟਸ ਦੇ, ਵਿਦਆਊਟ ਕੰਪਲੇਨ ਕੀਤਿਆਂ? ਹਾਂਜੀ। ਫਸਟ ਸਟੈਪ ਤੇ ਤੁਹਾਡਾ ਇਹੀ ਬੰਦਾ ਸੀਗਾ ਕਿ ਤੁਸੀਂ ਪੁਲਿਸ ਨੂੰ ਕੰਪਲੇਨ ਕਰੋ, ਤੁਸੀਂ ਕਿਉਂ ਨਹੀਂ ਕੀਤੀ? ਮੈਮ ਇਸ ਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ। ਤੁਹਾਨੂੰ ਮੇਰੀ ਉਹ ਜਿੰਦ ਦੇ ਇੱਕ ਜਾਨ ਸੀ, ਬਟ ਜਿਹੜੀ ਮੇਰੀ ਆ ਜਿੰਦ ਚਲ ਗਈ ਆ, ਮੈਨੂੰ ਨਹੀਂ ਪਤਾ ਕੀ ਹੋ ਰਿਹਾ ਤੇ ਕੀ ਹੋ ਰਿਹਾ। ਬੱਚੇ ਜਿਹੜੇ ਆ ਰੋਲਰ ਗਏ ਆ ਘਰ, ਬੱਚੇ ਉਹਨਾਂ ਦੇ ਦੋ ਟਵਿੰਸ ਆ, ਦੋ ਉਹਨਾਂ ਦੇ ਹਸਬੰਡ ਕਿੱਥੇ ਨੇ? ਉਹ ਚੰਡੀਗੜ੍ਹ ਨੇ ਜੀ। ਤੇ ਉਹਨਾਂ ਦੀ ਵੇਟ ਕਿਉਂ ਨਹੀਂ ਕੀਤੀ ਤੁਸੀਂ ਸੰਸਕਾਰ ਕਰਨ ਤੋਂ ਪਹਿਲਾਂ? ਉਹਨਾਂ ਨੂੰ ਪਤਾ ਉਹਨਾਂ ਦੇ ਹਸਬੈਂਡ? ਹਾਂਜੀ ਉਹਨਾਂ ਵੀਡੀਓ ਕਾਲ ਕਰਾਇਆ ਸੀ। ਮੈਡਮ ਵੀਡੀਓ ਕਾਲ ਤੇ ਨਹੀਂ, ਇੱਥੇ ਕਿਹੜੀ ਕੋਈ ਐਮਰਜੈਂਸੀ ਲੱਗੀ ਹੈ? ਤੁਸੀਂ ਉਹਨਾਂ ਦੀ ਵੀ ਵੇਟ ਕਿਉਂ ਨਹੀਂ ਕੀਤੀ ਹਸਬੈਂਡ ਦੀ ਵੀ? ਜੀ ਇਹ ਤਾਂ ਸਾਰੇ ਗਲੀ ਵਾਲੇ ਕਹਿੰਦੇ ਕਰ ਦਿਓ ਤੇ ਕਰਤਾ ਜੀ, ਇਹ ਸਵਾਲ ਮੈਨੂੰ ਕੋਈ। ਓਕੇ ਜੀ, ਹਾਂਜੀ ਥੈਂਕ ਯੂ। ਉਧਰ ਦੂਜੇ ਪਾਸੇ ਬਟਾਲਾ ਵਿਖੇ ਹੀ ਰਹਿੰਦੇ ਪੂਨਮ ਦੇ ਪੇਕੇ ਪਰਿਵਾਰ ਦੇ ਰਿਸ਼ਤੇਦਾਰਾਂ ਵਿੱਚੋਂ ਇੱਕ ਬਲਦੇਵ ਸ਼ਰਮਾ ਨੇ ਪੁਲਿਸ ਨੂੰ ਇਤਲਾਹ ਕਰ ਸ਼ੱਕ ਜਤਾਇਆ ਕਿ ਪੂਨਮ ਵੱਲੋਂ ਆਤਮ ਹੱਤਿਆ ਨਹੀਂ ਕੀਤੀ ਗਈ। ਸਹੁਰੇ ਪਰਿਵਾਰ 'ਤੇ ਸੰਗੀਨ ਇਲਜ਼ਾਮ ਲਾਉਂਦਿਆਂ ਉਹਨਾਂ ਕਾਰਵਾਈ ਦੀ ਮੰਗ ਕੀਤੀ। ਕੀ ਨਾਮ ਸਰ? ਹਾਂ ਸਰ, ਮੇਰਾ ਨਾਮ ਬਲਦੇਵ ਰਾਜ ਜੀ, ਮੈਂ ਇਹਨਾਂ ਦੇ ਗੁਆਂਢੀ ਹਾਂ। ਕਿੱਥੋਂ? ਕਿੱਥੋਂ? ਜਾਗਰ ਨਗਰ ਦੀ। ਕੀ ਮਸਲਾ? ਮਸਲਾ ਇਹ ਆ ਵੀ ਕਹਿੰਦੇ ਵੀ ਸਾਡੀ ਕੁੜੀ ਜਿਹੜੀ ਆ ਉਹ ਡੈਥ ਹੋ ਗਈ ਉਹਦੀ, ਸਾਨੂੰ ਹੁਣ ਡੇ ਕਰਦਾ। ਜਦੋਂ ਅਸੀਂ ਤੁਰੇ ਆਉਂਦੇ ਉਹਨਾਂ ਨੇ ਲਾਂਬੂ ਲਾ ਕੇ ਫਿਰ ਦੱਸਿਆ ਉਹਨਾਂ ਨੂੰ, ਫਿਰ ਆਉਂਦੇ ਗਲ ਪੈ ਗਏ ਜਨਾਨੀਆਂ ਸਾਰੀਆਂ। ਅਸੀਂ ਪੁੱਛਿਆ ਹੋਇਆ ਕੀ ਆ, ਕਦੀ ਆਉਂਦੇ ਵਿਫਾ ਲੈ ਲਿਆ, ਕਦੀ ਆਉਂਦੇ ਅਟੈਕ ਹੋ ਗਿਆ, ਕਦੀ ਖੋਜ ਜਾਂਦੇ ਕਦੀ ਖੋਜ ਜਾਂਦੇ ਆ, ਜਾਣੀ ਕਿ ਬਿਆਨ ਵੱਖਰੇ ਵੱਖਰੇ ਇਹਨਾਂ ਦੇ। ਇਹ ਆਪਣੇ ਪਾਪ ਨੂੰ ਲੁਕਾਉਂਦੇ ਆ ਮਾਰਿਆ, ਇਹਨਾਂ ਨੇ ਸੰਸਕਾਰ ਕਰਤਾ ਪਰ ਸਬੂਤ ਨਾ ਦੇ ਕੋਈ। ਘਰ ਚੰਡੀਗੜ੍ਹ ਨੌਕਰੀ? ਅਸੀਂ ਪੁੱਛਿਆ ਇਹਨਾਂ ਨੂੰ, ਕਹਿੰਦੇ ਚੰਡੀਗੜ੍ਹ ਘਰ ਵੱਜਦਾ ਟੈਲੀਫੋਨ ਆਇਆ। ਕੋਈ ਗੱਲ ਨਹੀਂ, ਮਰ ਗਈ ਤਾਂ ਮਰ ਗਈ, ਸੰਸਕਾਰ ਕਰ ਦਿਓ, ਕੋਈ ਗੱਲ ਨਹੀਂ। ਕਿਹਨੂੰ ਫੋਨ ਕੀਤਾ ਉਹਨਾਂ ਨੇ? ਇਹਨਾਂ ਨੇ ਆਪਣੇ ਕੀਤਾ ਹੋਣਾ ਨਾ ਮੁੰਡੇ ਨੂੰ, ਬੇਟੇ ਨੂੰ ਕੀਤਾ ਅਤੇ ਘਰ ਵਾਲੇ ਨੂੰ। ਤੁਹਾਨੂੰ ਕਿਹਦਾ ਫੋਨ ਆਇਆ? ਸਾਨੂੰ ਇਹਨਾਂ ਦੇ ਘਰੋਂ ਕਿਸੇ ਨੇ ਕੀਤਾ ਇਹਨਾਂ ਨੂੰ ਫੋਨ, ਬੇਟੀ ਦੇ ਨਾਂ ਨੇ ਪੁਲਿਸ ਪਹੁੰਚੀ ਆ, ਪੁਲਿਸ ਕੀ ਕੀਤੀ? ਆਸ਼ ਕਿਆ ਕੀਤੀ? ਅਸੀਂ ਤਾਂ ਉਹ ਮੜੀਆਂ ਵਜਾਉਣ ਲੱਗੇ ਸੀ, ਸਾਡੇ ਹੱਥੋਂ ਬਾਲਟੀਆਂ ਫੜ ਲਈਆਂ ਇਹਨਾਂ ਨੇ, ਫਿਰ ਪੁਲਿਸ ਦੀ ਸਹਾਇਤਾ ਲਈ। ਉਹ ਆਏ ਅਤੇ ਵੀ ਆਏ। ਕੀ ਚਾਹੁੰਦੇ? ਚਾਹੁੰਦੇ ਇਨਸਾਫ, ਜੋ ਹੋਇਆ ਕਾਰਵਾਈ ਸਾਨੂੰ ਪਤਾ ਲੱਗੇ ਕੀਤਾ ਕੀ ਹੈ, ਕਿਉਂਕਿ ਆਉਣ ਵਾਲੀਆਂ ਬੇਟੀਆਂ ਜਿਹੜੀਆਂ ਅਸਰ ਤਾਂ ਮਹਿਸੂਸ ਕਰ ਰਹੀਆਂ। ਠੀਕ ਹੈ ਜੀ, ਇਨਸਾਫ ਮਿਲੂ ਤਾਂ ਗਾਹਾਂ ਕਿਸੇ ਨੂੰ ਪ੍ਰੇਰਨਾ ਮਿਲੂਗੀ ਵੀ ਇੱਦਾਂ ਕੰਮ ਨਹੀਂ ਕਰਨਾ ਚਾਹੀਦਾ। ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕੋਈ ਅੱਧਾ ਘੰਟਾ ਪਹਿਲਾਂ ਮੈਨੂੰ ਟੈਲੀਫੋਨ ਇੱਕ ਆਇਆ, ਕੋਈ ਲੜਕੀ ਹੈ ਜਿਹੜੀ ਭੰਡਾਰੀ ਮਹੱਲੇ ਰਹਿ ਰਹੀ, ਉਹਦਾ ਕਰੀਬ 11 ਸਾਲ ਪਹਿਲਾਂ ਵਿਆਹ ਆ, ਉਹਨੇ ਉਹਦੇ
जिहड़े सहुरा परिवार है उन्होंने उसकी डैथ हो गई सहुरा परिवार आ के संस्कार कर रहे अं तुरंत फिर वो घर पहुँचे मुड़ के उतो पता लगा कि उस सेवा दे विच अं सेवा जान के आंदे ही पहला सानू क्योंकि पेका परिवार भी जो बाद दो तीन मिनट बाद आया है उन्होंने शक जा रही शायद ना मारिया हो अं तुरंत आ के अगू बुझा के तो हम जी पोस्टमार्टम का करावे तो ये हैगी पूनम वाइफ विनोद कुमार शर्मा भंडारी महला ये दो बच्चे ने एक बेटा और बेटी हूँ जो भी तत् सामने वो मुताबिक कार्रवाई अमल में ली जाएगी।